ਕੁਰਾਲੀ ਦੇ ਨਜ਼ਦੀਕ ਪੈਂਦੇ ਪਿੰਡ ਪੰਡਿਆਲਾ ਵਿੱਚ ਬਣਿਆ ਪ੍ਰਭ ਆਸਰਾ ਨਾਮ ਦੀ ਸੰਸਥਾ ਅਪਾਹਿਜ ਅਤੇ ਮਾਨਸਿਕ ਤੌਰ ਤੇ ਬਿਮਾਰ ਜੋ ਸੜਕਾਂ ਤੇ ਤਰਸਯੋਗ ਹਾਲਤ ਵਿੱਚ ਰੁਲਦੇ ਫਿਰਦੇ ਨੇ ਅਤੇ ਜਿਨ੍ਹਾਂ ਬਜ਼ੁਰਗਾਂ ਨੂੰ ਉਹਨਾਂ ਦੀ ਔਲਾਦ ਘਰੋਂ ਕੱਢ ਦਿੰਦੀ ਹੈ ਉਹਨਾਂ ਬੇਸਹਾਰਾ ਦੇ ਲਈ ਵਰਦਾਨ ਸਾਬਿਤ ਹੋ ਰਹੀ ਹੈ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਪ੍ਰਭ ਆਸਰਾ ਦੇ ਸੰਚਾਲਕ ਬੀਬੀ ਰਜਿੰਦਰ ਕੌਰ ਨੇ ਦੱਸਿਆ ਕਿ ਸਾਈ ਮਾਤਾ ਨਾਮ ਦੀ ਲੜਕੀ ਜਿਸ ਦੀ ਉਮਰ ਤਕਰੀਬਨ 23 ਸਾਲ ਹੈ ਉਕਤ ਲੜਕੀ ਨੂੰ ਜਨਵਰੀ ਦੇ ਵਿੱਚ ਮਲੋਆ ਪੁਲਿਸ ਵੱਲੋਂ ਤਰਸਯੋਗ ਹਾਲਤ ਦੇ ਵਿੱਚ ਪ੍ਰਭ ਆਸਰਾ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਜਿਸ ਦਾ ਕੁਝ ਮਹੀਨੇ ਇਲਾਜ ਹੋਣ ਤੋਂ ਬਾਅਦ ਉਕਤ ਲੜਕੀ ਠੀਕ ਹੋ ਗਈ ਅਤੇ ਉਸ ਨੇ ਆਪਣੀ ਹੱਡ ਬੀਤੀ ਸੁਣਾਈ ਜਿਸ ਨੂੰ ਸੁਣ ਕੇ ਸਭ ਦੇ ਰੋਂਗਟੇ ਖੜੇ ਹੋ ਗਏ। ਪ੍ਰਭ ਆਸਰਾ ਦੀ ਸੰਚਾਲਕ ਨੇ ਦੱਸਿਆ ਕਿ ਝਾਰਖੰਡ ਤੋਂ ਮਨੋਜ ਨਾਂ ਦੇ ਲੜਕੇ ਇਸ ਨੂੰ ਨੌਕਰੀ ਦਿਵਾਉਣ ਦਾ ਲਾਲਚ ਦੇ ਕੇ ਦਿੱਲੀ ਲੈ ਕੇ ਆਇਆ ਤੇ ਉਸ ਨੇ ਉਕਤ ਲੜਕੀ ਨੂੰ ਦਿੱਲੀ ਦੇ ਵਿੱਚ ਕਿਸੇ ਪਰਿਵਾਰ ਨੂੰ ਵੇਚ ਦਿੱਤੀ। ਉਹੀ ਪਰਿਵਾਰ ਕੁਝ ਸਮੇਂ ਪਹਿਲਾਂ ਚੰਡੀਗੜ੍ਹ ਵਿਖੇ ਕਿਸੇ ਫੰਕਸ਼ਨ ਵਿੱਚ ਆਇਆ। ਇਹ ਲੜਕੀ ਮੌਕਾ ਦੇਖ ਕੇ ਉੱਥੋਂ ਭੱਜਣ ਵਿੱਚ ਸਫਲ ਹੋ ਗਈ ਪਰ ਕੁਝ ਦਿਨ ਸੜਕਾਂ ਤੇ ਰੁਲਣ ਤੋਂ ਬਾਅਦ ਇਸ ਨੂੰ ਪੁਲਿਸ ਵੱਲੋਂ ਪ੍ਰਭ ਆਸਰਾ ਦੇ ਵਿੱਚ ਦਾਖਲ ਕਰਵਾਇਆ ਗਿਆ। ਤਕਰੀਬਨ 8 ਮਹੀਨੇ ਰਹਿਣ ਤੋਂ ਬਾਅਦ ਝਾਰਖੰਡ ਦੇ ਇੱਕ ਸੋਸ਼ਲ ਵਰਕਰ ਨੇ ਇਸ ਦੀ ਫੋਟੋ ਦੇਖ ਕੇ ਇਸ ਦੇ ਮਾਤਾ ਪਿਤਾ ਨੂੰ ਇਸ ਦੀ ਜਾਣਕਾਰੀ ਦਿੱਤੀ ਜੋ ਅੱਜ ਇਸ ਨੂੰ ਝਾਰਖੰਡ ਤੋਂ ਲੈਣ ਆਏ ਸਨ ਤੇ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਪ੍ਰਭ ਆਸਰਾ ਦੀ ਸੰਚਾਲਕ ਬੀਬੀ ਰਜਿੰਦਰ ਕੌਰ ਨੇ ਦੱਸਿਆ ਕਿ ਹੁਣ ਤੱਕ 1,154 ਦੇ ਕਰੀਬ ਪਰਿਵਾਰਾਂ ਤੋਂ ਵਿਛੜੇ ਹੋਏ ਮਰੀਜ਼ਾਂ ਨੂੰ ਠੀਕ ਕਰ ਉਹਨਾਂ ਦੇ ਪਰਿਵਾਰਾਂ ਨਾਲ ਮਿਲਾ ਚੁੱਕੇ ਹਾਂ ਤੇ ਹੁਣ ਵੀ ਪ੍ਰਭ ਆਸਰਾ ਦੇ ਵਿੱਚ ਦਾਨੀ ਸੱਜਣਾਂ ਦੇ ਸਹਿਯੋਗ ਦੇ ਨਾਲ 445 ਦੇ ਕਰੀਬ ਮਰੀਜ਼ਾਂ ਦੀ ਸਾਂਭ ਸੰਭਾਲ ਚੱਲ ਰਹੀ ਹੈ। ਉਹਨਾਂ ਹੋਰ ਵੀ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਮਾਨਵਤਾ ਦੀ ਸੇਵਾ ਦੇ ਲਈ ਅੱਗੇ ਆਉਣ ਤਾਂ ਜੋ ਇਨਸਾਨ ਸੜਕ ਤੇ ਨਾ ਰੁਲ ਸਕਣ। ਦੂਜੇ ਪਾਸੇ ਲੜਕੀ ਨੂੰ ਲੈਣ ਆਏ ਸੋਸ਼ਲ ਵਰਕਰ ਕਮਲ ਕਿਸ਼ੋਰ ਪੂਰਤੀ ਨੇ ਪ੍ਰਭ ਆਸਰੇ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਹ ਸੰਸਥਾ ਬਹੁਤ ਵਧੀਆ ਤੇ ਸ਼ਲਾਘਾਯੋਗ ਕੰਮ ਕਰ ਰਹੀ ਹੈ ਜੋ ਸੜਕਾਂ ਤੇ ਰੁਲ ਰਹੇ ਇਨਸਾਨਾਂ ਦੀ ਕੀਮਤੀ ਜਾਨਾਂ ਨੂੰ ਬਚਾ ਰਹੀ ਹੈ। ਨਵੇਂ ਸਾਲ ਤੇ ਇਹ ਲੜਕੀ ਸਾਡੇ ਕੋਲ ਮਲੋਆ ਪੁਲਿਸ ਵੱਲੋਂ ਸਾਡੇ ਕੋਲ ਦਾਖਲ ਕਰਾਈ ਗਈ ਹੈ ਤੇ ਜਦੋਂ ਅਸੀਂ ਇਹਨੂੰ ਪੁੱਛਿਆ ਤਾਂ ਇਹਨੇ ਕਿਹਾ ਕਿ ਵੀ ਮੈਨੂੰ ਕੋਈ ਮਨੋਜ ਨਾਮ ਦਾ ਲੜਕਾ ਦਿੱਲੀ ਲੈ ਆਇਆ ਸੀਗਾ ਜਿੱਥੋਂ ਇਹ ਕਿਸੇ ਦੇ ਨਾਲ ਉੱਥੇ ਮਨੋਜ ਨੇ ਇਹਨੂੰ ਵੇਚ ਦਿੱਤਾ ਅੱਗੇ ਤੇ ਉੱਥੋਂ ਇਹ ਇਹਨਾਂ ਜਿਸ ਪਾਰਟੀ ਨੂੰ ਮਨੋਜ ਨੇ ਵੇਚਿਆ ਸੀ ਉਹ ਪਾਰਟੀ ਇਹਨੂੰ ਨਵੇਂ ਸਾਲ ਤੇ ਚੰਡੀਗੜ੍ਹ ਲੈ ਕੇ ਆਈ ਸੀਗੀ ਜਿੱਥੋਂ ਇਹ ਦੌੜਿਆ ਸੀ ਤੇ ਇਹ ਮਲੋਆ ਪੁਲਿਸ ਨੂੰ ਮਤਲਬ ਅਣਸੁਖਾਵੇਂ ਹਾਲਾਤਾਂ 'ਚ ਮਿਲੀ ਵੀ ਇੱਧਰ ਉੱਧਰ ਰੁਲਦੀ ਹੋਈ ਨਾ ਅਨਕਲੇਮਡ ਅਨਨੋਨ ਹਾਲਾਤਾਂ ਵਿੱਚ ਮਿਲੀ ਉੱਥੋਂ ਫਿਰ ਉਹਨਾਂ ਨੇ ਸਾਡੇ ਕੋਲ ਰੈਫਰ ਕੀਤੀ ਤੇ ਇੱਥੇ ਇਹਨੇ ਨਾਮ ਆਪਣਾ ਸਾਈਮਾ ਦੱਸਿਆ ਜੋ ਕਿ ਇਹਨਾਂ ਨੂੰ ਸੈਕਿੰਡ ਪਾਰਟੀ ਨੇ ਨਾਮ ਦਿੱਤਾ ਹੋਇਆ ਸੀਗਾ ਤੇ ਉਸ ਤੋਂ ਬਾਅਦ ਤਕਰੀਬਨ ਕਈ ਮਹੀਨੇ ਇਹਦਾ ਟ੍ਰੀਟਮੈਂਟ ਚੱਲਦਾ ਰਿਹਾ ਅਸੀਂ ਸਾਰਾ ਆਈ ਕਿਊ ਵਗੈਰਾ ਕਰਵਾਇਆ ਤਾਂ ਪਤਾ ਲੱਗਿਆ ਕਿ ਇਹਦਾ ਥੋੜ੍ਹਾ ਆਈ ਕਿਊ ਘੱਟ ਹੈਗਾ ਜਿਸ ਕਾਰਨ ਇਹ ਮਤਲਬ ਪੂਰੇ ਡਿਸੀਜ਼ਨ ਆਪਣੇ ਆਪ 'ਤੇ ਪ੍ਰੋਪਰ ਡਿਸੀਜ਼ਨ ਨਹੀਂ ਲੈ ਪਾਉਂਦੀ ਸੀਗੀ ਤੇ ਪਿਛਲੇ ਹਾਲਾਤਾਂ ਨੂੰ ਵਾਚਦੇ ਹੋਏ ਜਦੋਂ ਅਸੀਂ ਇਹਦਾ ਸਾਰਾ ਇਹਨੇ ਐਡਰੈਸ ਵਗੈਰਾ ਸਾਨੂੰ ਦੱਸਿਆ ਅਸੀਂ ਇਹਦਾ ਘਰ ਲੱਭਣਾ ਸ਼ੁਰੂ ਕੀਤਾ ਝਾਰਖੰਡ ਤੋਂ ਪਤਾ ਲੱਗਿਆ ਉੱਥੇ ਸਾਨੂੰ ਪੁਲਿਸ ਨੇ ਕਿਹਾ ਕਿ ਵੀ ਇਹ ਬਹੁਤ ਦੂਰ ਰਹਿੰਦੀ ਹੈਗੀ ਵੀ ਮੈਂ ਨਹੀਂ ਜਾ ਸਕਦਾ ਅੱਗੇ ਸੋਸ਼ਲ ਵਰਕਰ ਦਾ ਨੰਬਰ ਦਿੱਤਾ ਸੋਸ਼ਲ ਵਰਕਰ ਨੇ ਜਾ ਕੇ ਆਪਣੇ ਲੈਵਲ 'ਤੇ ਇਹਦਾ ਘਰ ਟਰੇਸ ਕੀਤਾ ਅਤੇ ਇਹਦੇ ਫਾਦਰ ਦੇ ਨਾਲ ਗੱਲਬਾਤ ਕੀਤੀ ਅਤੇ ਉੱਥੇ ਸਾਰੇ ਪਿੰਡ ਵਾਲਿਆਂ ਨਾਲ ਵੀ ਗੱਲਬਾਤ ਕੀਤੀ ਅਤੇ ਫਾਦਰ ਕਹਿੰਦੇ ਆ ਕਿ ਸਾਡੇ ਉੱਥੇ ਇੱਕ ਦਿਨ ਮਾਰਕੀਟ ਲੱਗਦੀ ਹੈ ਜਿੱਥੋਂ ਅਸੀਂ ਦੋਨੋਂ ਮਾਰਕੀਟ ਚਲੇ ਗਏ ਅਤੇ ਪਿੱਛੋਂ ਇਹ ਘਰੋਂ ਉਸ ਦਿਨ ਕੁਛ ਨਾਰਾਜ਼ ਸੀ ਪਿਤਾ ਦੇ ਨਾਲ ਵੀ ਉਹਨੇ ਕਿਹਾ ਵੀ ਇਹ ਕੰਮ ਨਹੀਂ ਕਰਦੀ ਅਤੇ ਉੱਥੋਂ ਨਿਕਲ ਗਈ ਅਤੇ ਇਹ ਵੀ ਖੁਦ ਦੱਸਦੀ ਹੈ ਕਿ ਵੀ ਹਾਂ ਮੈਂ ਉਸ ਦਿਨ ਨਿਕਲੀ ਹਾਂ ਅਤੇ ਅੱਗੇ ਮਨੋਜ ਮੈਨੂੰ ਮਿਲਿਆ ਅਤੇ ਉਹ ਕਹਿੰਦਾ ਵੀ ਮੈਂ ਤੈਨੂੰ ਕੰਮ 'ਤੇ ਲਗਵਾਵਾਂਗਾ ਅਤੇ ਇੱਦਾਂ ਹੀ ਭੰਬਲ ਭੁੱਸੇ 'ਚ ਲੈ ਕੇ ਆਇਆ ਅਤੇ ਇੱਕ ਇਹ ਤਰ੍ਹਾਂ ਟ੍ਰੈਫਲਿਕਿੰਗ ਦਾ ਇੱਕ ਕੇਸ ਬਣਦਾ ਹੈਗਾ ਉਹਨਾਂ 'ਤੇ ਬਟ ਇਹ ਕੁਛ ਆਈ ਕਿਊ ਘੱਟ ਹੋਣ ਕਰਕੇ ਥੋੜ੍ਹਾ ਜਿਹਾ ਵਿਚਾਰੀ ਆਪਣੇ ਡਿਸੀਜ਼ਨ।
ਖਰੜ ਤੋਂ ਡੇਵਿਡ ਵਰਮਾ, ਜੀਵੇ ਪੰਜਾਬ ਟੀਵੀ।